ਕੁਰਸੀ ਦੇ ਸਾਹਮਣੇ ਆਉਂਦਾ, ਟੀਚਰ ਦੀ ਕੁਰਸੀ ਦੇ ਸਾਹਮਣੇ। ਬੱਚਿਆਂ ਤੋਂ ਸ਼ਰਮਿੰਦਾ ਹੁੰਦਾ, ਇਹ ਸਾਹਮਣੇ ਨਹੀਂ ਆਉਂਦਾ, ਟੀਚਰਾਂ ਦਾ ਸਾਹਮਣੇ ਹੋ, ਨਹੀਂ ਜੀ ਉਹ ਇੱਧਰ ਤੇ ਹੋ, ਨਹੀਂ ਜੀ ਅੱਗੋਂ, ਨਹੀਂ ਜੀ ਉਹ ਇੱਧਰ ਤੇ ਹੋ ਜੀ ਅੱਗੋਂ, ਛੁੱਟੀ ਨਹੀਂ ਕਰਦਾ, ਉਹ ਸਾਹਮਣੇ ਤੇ ਹੋ, ਸਾਹਮਣੇ ਤੇ ਹੋ, ਨਹੀਂ ਜੀ। ਹੁਣ ਟੀਚਰ ਕੀ ਜਾਂਦਾ, ਅੱਜ ਇੱਥੇ ਤੇਰੀ ਆਵਾਜ਼ ਦੁਨੀਆ ਸੁਣਦੀ, ਹੁਣ ਬਜ਼ੁਰਗ ਆ ਗਏ ਨੇ, ਇਹਨੂੰ ਆਉਂਦੇ ਨਹੀਂ ਬਲੀ, ਸਕੂਲ ਦੇ ਮੁਜਰਮ ਨੂੰ ਪਿੱਛੇ ਛੁਪਾਉਂਦਾ ਬਲੀ, ਅੱਲਾ ਦੀ ਅਦਾਲਤ ਦੇ ਮੁਜਰਮ ਨੂੰ ਪਿੱਛੇ ਲੁਕਾਉਂਦਾ ਬਲੀ। ਖੁਦਾ ਦੀ ਕਸਮ, ਜਦੋਂ ਮੁੰਡਾ ਸਾਹਮਣੇ ਨਾ ਹੋਵੇ ਮਜ਼ਾ ਲੈਣਾ, ਉਦੋਂ ਬਲੀ ਨੂੰ ਗੁੱਸਾ ਆਉਂਦਾ, ਮੇਰੇ ਤੇ ਇਤਮਾਦ ਨਹੀਂ ਕਰਦਾ, ਬਾਹ ਫੜ ਕੇ ਮੁਜਰਮ ਨੂੰ ਆਉਂਦਾ, ਇੱਧਰ ਹੋ, ਕੁਝ ਨਹੀਂ ਆਉਂਦੇ, ਮੈਂ ਇੱਥੇ ਹੀ ਹਾਂ, ਪਿੱਛੇ ਜਾਣਾ ਤੇਰਾ ਕੰਮ ਹੈ, ਹਸ਼ਰ ਚ ਅਲੀ ਆਖੇਗਾ ਇੱਧਰ ਹੋ, ਕੁਝ ਨਹੀਂ ਆਉਂਦੇ, ਮੈਂ ਵਲੀ ਵਾਰਿਸ ਨਹੀਂ ਹੁੰਦਾ। ਅਰਬ ਦੇ ਬਦੂਆਂ ਨੂੰ ਗੈਰਤ ਸਿਖਾ ਕੇ ਫਿਰ ਉਹਨਾਂ ਨੂੰ ਗੈਰਤ ਦੇ ਵਿੱਚ ਰੱਖਣ ਵਾਸਤੇ ਨਬੀ ਨੇ ਆਪਣੀ ਜ਼ਿੰਮੇਦਾਰੀ ਨਿਭਾ ਕੇ ਫਰਮਾਇਆ, ਮਨ ਕੁਨ ਤਮੌਲਾ ਹੋ ਫਹਾਜ਼ ਆਲੀ ਮੌਲਾ। ਇਹ ਨਾ ਸੋਚਿਆ ਜੇ ਜਿਹੜਾ ਧਿਆਨ ਰੱਖਦਾ ਸੀ ਉਹ ਤੁਰ ਗਿਆ, ਪਹਿਲਾਂ ਤੁਹਾਡੇ 'ਤੇ ਐਸ ਵਲੀ ਦੀ ਨਜ਼ਰ ਸੀ, ਮੇਰੇ ਤੋਂ ਬਾਅਦ ਤੁਹਾਡੇ 'ਤੇ ਐਸ ਵਲੀ ਦੀ ਨਜ਼ਰ ਹੈ, ਤੇ ਇਹ ਉਹ ਵਲੀ ਹੈ ਜਿਹਦੇ ਕੋਲੋਂ ਮੰਗੀਏ ਤੇ ਇਹ ਨਮਾਜ਼ ਵਿੱਚ ਵੀ ਸਵਾਲੀ ਦਾ ਵਕਤ ਜ਼ਾਇਆ ਨਹੀਂ ਕਰਦਾ। ਕੀ ਬਾਤ ਹੈ, ਜਿਹੜਾ ਨਮਾਜ਼ ਵਿੱਚ ਵੀ ਸਵਾਲੀ ਦਾ ਵਕਤ ਜ਼ਾਇਆ। ਵੱਡੇ ਵੱਡੇ ਮੈਂ ਨਵਾਬ ਵੇਖੇ ਨੇ, ਕੋਈ ਮੰਗਣ ਵਾਲਾ ਜਾਏ ਤੇ ਲੋਕ ਆਉਂਦੇ ਨੇ, ਉਹ ਨਮਾਜ਼ ਪੈ ਪੜਦੇ, ਸਭ ਤੋਂ ਬੜੀ ਮਸਰੂਫੀਅਤ ਨਮਾਜ਼ ਹੈ। ਜਿਹੜਾ ਨਮਾਜ਼ ਵਿੱਚ ਕਿਸੇ ਸਵਾਲੀ ਦਾ ਵਕਤ ਜ਼ਾਇਆ ਨਹੀਂ ਕਰਦਾ, ਜਿਹੜਾ ਸਵਾਲੀ ਨੂੰ ਲੱਭੇ ਵਾਸਤੇ ਵੀ ਪਰੇਸ਼ਾਨ ਨਾ ਹੋਣ ਦੇਵੇ, ਉਹਨੂੰ ਅਲੀ ਆਉਂਦੇ ਨੇ। ਜਿਹੜਾ ਮੰਗਣ ਵਾਲਿਆਂ ਨੂੰ ਨਮਾਜ਼ ਦੀ ਹਾਲਤ ਵਿੱਚ ਵੀ ਪਰੇਸ਼ਾਨ ਨਹੀਂ ਵੇਖਣਾ ਚਾਹੁੰਦਾ, ਇੰਗਲੈਂਡ ਆ ਰਹੇ ਹੋ, ਉਹਦੀਆਂ ਧੀਆਂ ਬਾਜ਼ਾਰਾਂ 'ਚੋਂ ਚਾਦਰ ਮੰਗਦੀਆਂ ਨੇ। ਮੇਰੇ ਅਜ਼ੀਜ਼ੋ, ਮੈਨੂੰ ਜਿਹੜਾ ਹੁਕਮ ਹੋਇਆ ਨਾ ਜੀ ਤਾਬੂਤ ਜਨਾਬੇ ਸੈਯਦਾਂ ਦਾ, ਮੈਨੂੰ ਬੜੀ ਸਾਰੀ ਤਸੱਲੀ ਹੋਈ ਹੈ, ਮੈਂ ਤੁਹਾਡੀ ਅਕੀਦਤ ਨੂੰ ਸਲਾਮ ਕਰਨਾ। ਮੈਨੂੰ ਫਰਮਾਇਆ ਨਾਸਰ ਸ਼ਾਹ ਸਾਹਿਬ ਨੇ, ਹੈਰਾਨ ਹਾਂ ਔਰ ਇੰਤਹਾਈ ਅੰਦਰੋਂ ਤਸੱਲੀ ਹੋਈ ਹੈ। ਮੈਂ ਉਦੋਂ ਦਾ ਮੇਰਾ ਦਿਲ ਦੀ ਕਫੀਅਤ ਮੈਂ ਨਹੀਂ ਦੱਸ ਸਕਦਾ। ਉਹਨਾਂ ਆਖਿਆ ਬੀਬੀ ਦੇ ਤਾਬੂਤ ਦੀ ਬਰਾਮਦਗੀ ਹੈ ਅਤੇ ਤਾਬੂਤ ਮਰਦਾਂ 'ਚ ਨਹੀਂ ਆਉਣਾ। ਮੈਂ ਤੁਹਾਨੂੰ ਸਲਾਮ ਕਰਨਾ, ਮੈਂ ਤੁਹਾਡੀ ਅਕੀਦਤ ਨੂੰ ਸਲਾਮ ਕਰਨਾ। ਬੀਬੀ ਗੁਆਰੇ, ਬੀਬੀ ਗੁਆਰੇ, ਤੈਨੂੰ ਮਰਦਾਂ ਪਰੇਸ਼ਾਨ ਕੀਤਾ, ਤੈਨੂੰ ਇੱਕ ਜ਼ਮਾਨੇ ਦਿਆਂ ਮਰਦਾਂ ਪਰੇਸ਼ਾਨ ਕੀਤਾ। ਇਸ ਇਸ ਕਿਸਮ ਦੀਆਂ ਗੱਲਾਂ ਦਰਬਾਰ 'ਚ ਬੰਦੇ ਕਰਦੇ ਰਹੇ। ਜਦੋਂ ਗਈ ਸੀ ਉਦੋਂ ਵਾਲ ਕਾਲੇ ਸਨ, ਜਦੋਂ ਵਾਪਸ ਪਲਟੀ ਇਹ ਵਾਲ ਸਫੈਦ ਹੋ ਗਏ। ਮੇਰੇ ਅਜ਼ੀਜ਼ ਦੋਸਤੋ, ਮੈਂ ਬੀਬੀ ਨੂੰ ਗਵਾਹ ਬਣਾ ਕੇ ਕਹਿ ਰਿਹਾ, ਪਾਕ ਬੀਬੀ ਤੈਨੂੰ ਤੇਰੇ 'ਚ ਇੱਜ਼ਤ ਦਾ ਵਾਸਤਾ, ਆਪਣਾ ਘਰ ਬਣਾਉਣ ਦੀ ਇਹਨਾਂ ਨੂੰ ਤੋਫੀਕ ਅਤਾ ਫਰਮਾ, ਅਤੇ ਉਸ ਬੈਤੁਲ ਹੁਜ਼ਨ 'ਚ ਬਹਿ ਕੇ ਤੇਰੀਆਂ ਧੀਆਂ ਨੂੰ ਰੋਣ। ਇੱਕ ਮੈਂ ਜ਼ਰੂਰ ਅਰਜ਼ ਕਰਾਂਗਾ ਬੀਬੀ, ਅਸੀਂ ਮਸਕੀਨ ਹਾਂ, ਗਰੀਬ ਹਾਂ, ਗੁਨਾਹਗਾਰ ਹਾਂ, ਤੇਰਾ ਤਾਬੂਤ ਚੁੱਕਣ ਦੇ ਕਾਬਿਲ ਨਹੀਂ। ਤੇਰਾ ਤਾਬੂਤ ਚੁੱਕਣ ਵਾਸਤੇ ਕਮ ਅਜ਼ ਕਮ ਬੰਦੇ ਨੂੰ ਅਲੀ ਹੋਣਾ ਚਾਹੀਦਾ, ਤੇਰਾ ਤਾਬੂਤ ਦੇ ਪਾਕ ਚੁੱਕਣ ਵਾਸਤੇ ਕਮ ਅਜ਼ ਕਮ ਕਿਸੇ ਇਨਸਾਨ ਨੂੰ ਅਲੀ ਹੋਣਾ ਚਾਹੀਦਾ। ਅਸਾਂ ਤੇਰਾ ਤਾਬੂਤ ਨਹੀਂ ਬਣਾਇਆ, ਤੇਰੇ ਤਾਬੂਤ ਦੀ ਛਵੀ ਬਣਾਈ ਹੈ, ਅੱਗੋਂ ਸਾਡੀ ਅਕੀਦਤ ਤੇਰੇ ਕੋਲ ਲਿਖੀ ਜਾ ਰਹੀ ਹੈ। ਇਮਾਮੇ ਜ਼ਮਾਨਾ ਗਵਾਹ ਰਹਿਣਾ, ਅਸਾਂ ਸ਼ਬੀ ਨੂੰ ਇਹ ਨਹੀਂ ਪਸੰਦ ਕੀਤਾ ਕਿ ਮਰਦਾਂ ਵਿੱਚ ਆਵੇ, ਅਸਾਂ ਉਸ ਸ਼ਬੀ ਵਾਸਤੇ ਧੀਆਂ ਵੀ ਨਾਲ ਆਉਂਦੀਆਂ ਨੇ, ਭੈਣਾਂ ਵੀ ਨਾਲ ਆਉਂਦੀਆਂ ਨੇ, ਮਾਵਾਂ ਵੀ ਨਾਲ ਆਉਂਦੀਆਂ ਨੇ, ਕਿਉਂਕਿ ਸੈਯਦ ਇਨਸਾਨ ਆਲਮੀਨ ਦੇ ਤਾਬੂਤ ਦੀ ਸ਼ਬੀ। ਮੇਰੇ ਅਜ਼ੀਜ਼ੋ, ਜ਼ਹਰਾ ਉਹ ਮਜ਼ਲੂਮ ਹੈ, ਅੱਜ ਮੈਂ ਕਿਹਾ ਤਾਜ਼ਾ ਤਾਜ਼ਾ ਉਮਰੇ ਤੋਂ ਫਿਰ ਵਾਪਸ ਆਇਆ, ਮੈਂ ਹੈਰਾਨ ਹਾਂ
ਦੂਜੇ ਨੂੰ ਪੁੱਛਦੇ ਨੇ ਕਿਹੜੀ ਹੈ ਜ਼ਹਰਾ ਦੀ ਅੰਮਾ ਕਬਰ, ਕਿਹੜੀ ਹੈ ਜ਼ੈਨਬ ਦੀ ਅੰਮਾ ਦੀ ਕਬਰ। ਖੁਦਾ ਦੀ ਕਸਮ ਉਦੋਂ ਦਿਲ ਜਲ ਜਾਂਦਾ ਜਦੋਂ ਮੋਮਿਨ ਨੁੱਕ ਨੁੱਕ ਕੇ ਦੱਸਦੇ ਨੇ ਯਾ ਇੱਥੇ ਵੇ, ਯਾ ਉੱਥੇ ਵੇ ਤੇ ਯਾ ਉੱਥੇ ਵੇ। ਉਲਾਮਾ ਲਿਖਦੇ ਨੇ ਹਰ ਜਗ੍ਹਾ ਤੇ ਜ਼ਿਆਰਤ ਪੜ੍ਹੋ। ਕਿਤਨਾ ਅਜੀਬ ਦੌਰ ਸੀ ਜ਼ਹਰਾ ਦੀ, ਕਬਰ ਵੀ ਹਜ਼ਰਤ ਅਮੀਰੁਲ ਮੋਮਿਨੀਨ ਨੇ ਛੁਪਾਈ ਏ ਮੁਸਲਮਾਨਾਂ ਕੋਲੋਂ। ਮੇਰੀਆਂ ਧੀਆਂ ਨੇ, ਧੀਆਂ ਵਾਲੇ ਮੇਰੇ ਨਾਲ ਤਾਵਨ ਕਰੋ ਤੇ ਮੈਂ ਮੁਸਾਇਦ ਦਾ ਜੁਮਲਾ ਕਿੱਦਾਂ ਪੜ੍ਹਨਾ ਉਹਨਾਂ ਫਿਤਰਤ ਦੀ ਗੱਲ ਪੜ੍ਹ ਕੇ। ਧੀਆਂ ਵਾਲੇ ਮੇਰੇ ਨਾਲ ਤਾਵਨ ਕਰੋ ਤੇ ਛੋਟੇ ਬੱਚੇ ਮੌਲਾ ਤੁਹਾਨੂੰ ਉਹ ਵਕਤ ਦੇਗਾ ਤੇ ਤੁਹਾਨੂੰ ਵੀ ਸਮਝ ਆ ਜਾਏਗੀ। ਧੀਆਂ ਦਾ ਮਿਜ਼ਾਜ ਪੁੱਤਰਾਂ ਨਾਲੋਂ ਮੁਖਤਲਿਫ ਹੁੰਦਾ, ਇਹ ਅੱਲਾਹ ਨੇ ਬਣਾਈਆਂ ਹੀ ਐਸੀਆਂ ਹੁੰਦੀਆਂ, ਤੁਸੀਂ ਵੀ ਮਹਿਸੂਸ ਕਰੋਗੇ। ਬੇਟੇ ਨੂੰ 10,000 ਰੁਪਈਆ ਦਈਏ ਨਾ ਈਦ ਤੇ, ਤੇ ਪਿਛਲੇ ਟਾਈਮ ਆਖੀਏ ਪੈਸੇ ਠੀਕ ਨਹੀਂ ਪੂਰੇ ਨਹੀਂ, ਆਉਂਦਾ ਅੱਬੂ ਥੋੜ੍ਹੇ ਸਾਨੂੰ ਤਾਂ ਕੱਲ੍ਹ ਹੀ ਮੁੱਕ ਗਏ ਸਨ। ਜਿੰਨੇ ਦਿਓਗੇ ਬੇਟਾ ਫਿਰ ਮੰਗੇਗਾ। ਕਿਸੇ ਵੇਲੇ ਸਮਾ ਕੇ ਧੀ ਨੂੰ 500 ਰੁਪਈਆ ਗਈ, ਇੱਕ ਮਹੀਨਾ ਸਹੇਲੀਆਂ ਨੂੰ ਵਿਖਾਉਂਦੀ ਫਿਰਦੀ ਹੈ, ਆਹ ਮੈਨੂੰ ਅੱਬੂ ਦਿੱਤੇ ਸੀ, ਆਹ ਜਿਹੜੇ ਨੌਜਵਾਨ ਬੈਠੇ ਆਬਾਦ ਰਹੋ, ਆਬਾਦ ਰਹੋ, ਆਹ ਜਿਹੜੇ ਨੌਜਵਾਨ ਬੱਚੇ ਬੈਠੇ ਹੋ ਆਪਣੀ ਸ਼ਾਪਿੰਗ ਕਰਦੇ ਹੋ ਨਾ, ਸ਼ਾਪਿੰਗ ਪੈਸੇ ਖਰਚ ਕਰਦੇ ਹੋ, ਭੈਣ ਨੂੰ ਦੱਸਣਾ ਨਹੀਂ, ਭੈਣ ਨੂੰ ਸਿਰਫ ਇੱਕ ਦੁਪੱਟਾ 200 ਦਾ 400 ਦਾ ਲੈ ਕੇ ਕਿਸੇ ਵੇਲੇ ਭੈਣ ਨੂੰ ਦੱਸਣ ਤੋਂ ਬਗੈਰ ਰੱਖਣਾ, ਇਹ ਮੈਂ ਤੇਰੇ ਵਾਸਤੇ ਆਉਂਦਾ। ਤੁਸੀਂ ਚੋਰੀ ਚੋਰੀ ਵੇਖਿਆ ਜੇ ਉਹ ਜ਼ਾਇਆ ਨਹੀਂ ਕਰੇਗੀ। ਬੜੀ ਬੜੀ ਦੇਰ ਵਿਖਾਉਂਦੀ ਫਿਰਦੀ ਹੈ, ਮੇਰੇ ਵੀਰ ਨੇ ਲਿਆਂਦਾ ਸੀ, ਆਹ ਮੇਰੇ ਵੀਰ ਮੈਨੂੰ ਗਿਫਟ ਦਿੱਤਾ। ਧੀਆਂ ਦੇ ਪੁੱਤਰਾਂ ਦੇ ਮਿਜ਼ਾਜ 'ਚ ਫਰਕ ਹੁੰਦਾ, ਧੀਆਂ ਪਿਓਾਂ ਨਾਲ ਨਹੀਂ ਬੋਲਦੀਆਂ, ਸਾਰੀਆਂ ਗੱਲਾਂ ਮਾਵਾਂ ਨੂੰ ਦੱਸਦੀਆਂ। ਮੇਰਾ ਤਜਰਬਾ ਹੈ, ਮੇਰੀ ਅਹਲੀਆ ਫੌਤ ਹੋ ਗਈ, ਮੇਰੀਆਂ 2 ਬੇਟੀਆਂ ਜਵਾਨ, ਉਹ ਜਿਹੜੀਆਂ ਰੋਜ਼ ਫਰਮਾਇਸ਼ਾਂ ਕਰਦੀਆਂ ਸਨ, ਉਹ 2 ਮਹੀਨੇ ਮੇਰੇ ਨਾਲ ਬੋਲੀਆਂ ਕਿੱਲਾ ਨਹੀਂ ਸਾਹਿਬ, ਮੈਂ ਅੰਦਰ ਗਿਆ ਤੇ 2 ਚੁੱਪ ਕਰਕੇ ਬੈਠੀਆਂ, ਪਰ 2 ਮਹੀਨੇ ਮੇਰੀ ਬੀਵੀ ਦੀ ਵਫਾਤ ਹੋ ਗਈ। ਮੈਂ ਜਾ ਕੇ ਆਖਿਆ, ਮੈਂ ਕਿਹਾ ਤੁਸੀਂ 2 ਮਹੀਨੇ ਹੋ ਗਏ ਨੇ ਮੇਰੇ ਕੋਲੋਂ ਕੋਈ ਸ਼ਾਇਦ ਨਹੀਂ ਮੰਗਦੀਆਂ, ਮੈਂ ਬੇਗਾਨਾ ਤਾਂ ਨਹੀਂ ਨਾ, ਖੁਦਾ ਦੀ ਕਸਮ ਉੱਚੀ ਰੋ ਪਈਆਂ। ਕਹਿਣ ਲੱਗੀਆਂ, ਅੱਬੂ ਅਸਾਂ ਤੁਹਾਨੂੰ ਕਦੀ ਅੱਗੇ ਤੰਗ ਕੀਤਾ? ਮੈਂ ਕਿਹਾ ਮੈਂ ਤੰਗ ਨਹੀਂ ਹੁੰਦਾ, ਮੇਰੇ ਕੋਲੋਂ ਕੁਝ ਮੰਗਿਆ ਕਰੋ। ਕਹਿਣ ਲੱਗੀਆਂ, ਅੱਬੂ ਸ਼ਰਮ ਆਉਂਦਾ, ਅੰਮੀ ਹੁੰਦੇ ਸਨ ਉਹਨੂੰ ਦੱਸੀਦਾ ਸੀ, ਮੇਰੇ ਵਰਗੇ ਗੁਨਾਹਗਾਰ ਦੀਆਂ ਧੀਆਂ ਪਿਓ ਦੇ ਸਾਹਮਣੇ ਆਉਣ ਤੋਂ ਸ਼ਰਮਾਉਂਦੀਆਂ ਤੇ ਮੰਗਦੀਆਂ ਸ਼ਰਮਾਉਂਦੀਆਂ ਨੇ। ਹਜ਼ਰਤ ਜ਼ੈਨਬ ਨੇ ਜ਼ਹਰਾ ਦੀ ਚਾਰ ਪਾਈ ਕੋਲ ਬਹਿ ਕੇ ਆਖਿਆ ਸੀ, ਅੰਮਾ ਦੱਸ ਕੇ ਜਾ ਹੁਣ ਕਿਹਦੇ ਪਿੱਛੇ ਖੜੋਣੇ, ਬਾਬੇ ਨਾਲ ਗੱਲਾਂ ਕਰਨੀਆਂ। ਆਵਾਜ਼ ਧੀ ਦਾ ਮਾਮਲਾ ਬੜਾ ਨਾਜ਼ੁਕ, ਬੜਾ ਮੇਰੀਆਂ ਭਾਂਜੀਆਂ ਨੇ 2, ਮੈਂ ਤਜਰਬੇ ਦੀਆਂ ਗੱਲਾਂ ਕਰਦੀ, ਮੇਰੀਆਂ ਰਿਸ਼ਤੇ 'ਚ ਭਾਂਜੀਆਂ ਲੱਗਦੀਆਂ ਨੇ, ਮੈਨੂੰ ਕਹਿਣ ਰਣਜੀਤ ਸਾਹਿਬ ਆ ਕੇ, ਮਾਮੂ ਤੁਹਾਡੀ ਬਾਹਰ ਬੜੀ ਇੱਜ਼ਤ ਹੈ। ਮੈਂ ਕਿਹਾ ਹਾਂ ਇੱਜ਼ਤ ਹੈ, ਤੁਹਾਨੂੰ ਕਿਵੇਂ ਅਹਿਸਾਸ ਹੋਇਆ? ਕਹਿਣ ਲੱਗੀਆਂ, ਅਸੀਂ ਬੱਸ 'ਚ ਬੈਠੀਆਂ, ਰਸ਼ ਬੜਾ ਸੀ, ਖਲੋਤੀਆਂ ਸਨ, ਬੰਦੇ ਵੀ ਖੜੇ ਸਨ, ਕੰਧੇ ਨਾਲ ਕੰਧਾ ਸੀ, ਬੜੀਆਂ ਮਜਬੂਰ ਸਾਂ ਸੀ, ਇਸ਼ਤਿਹਾਰ ਲੱਗਾ ਸੀ ਬੱਸ ਦੇ ਅੰਦਰ ਮਜਲਿਸ ਦਾ, ਉਹਦੇ 'ਤੇ ਲਿਖਿਆ ਅਰੀ ਨਾਸਮ ਸੈਲੀ ਤਲਿਆਣਾ। ਨਿੱਕੀ ਭੈਣ ਨੇ ਵੇਖ ਲਿਆ ਤੇ ਉਹ ਕਹਿਣ ਲੱਗੀ, ਮਾਮੂ ਦਾ ਨਾਂ ਲਿਖਿਆ। ਕਹਿਣ ਲੱਗੀ, ਇੱਕ ਬੰਦਾ ਬੈਠਾ ਸੀ ਸੀਟ ਦੇ ਨਾਲ ਹੀ, ਪਤਾ ਨਹੀਂ ਸ਼ੀਆ ਤੋਂ ਮੈਂ ਕੀ ਹੁਣ ਉਸ ਵੇਖਿਆ, ਬੱਚੀਆਂ ਕੁਛ ਕਰੋ। ਕਹਿਣ ਲੱਗਾ, ਬੇਟੀ ਇਹ ਤੁਹਾਡਾ ਕੀ ਲੱਗਦਾ ਮੋਰੇ? ਕਹਿਣ ਲੱਗੀ, ਸਾਡਾ ਮਾਮੂ ਲੱਗਦਾ। ਉਹਨੇ ਮੈਨੂੰ ਦੱਸਿਆ ਮੇਰੀ ਭਾਜੀ ਨੇ, ਕਹਿਣ ਲੱਗੀ ਉਹ ਨਾਲ ਦੇ ਬੰਦੇ ਨੂੰ ਹੱਥ ਜੋੜੇ। ਕਹਿਣ ਲੱਗਾ, 2 ਬੰਦੇ ਉੱਠੋ, ਤੁਹਾਡੀ ਮਿਹਰਬਾਨੀ, ਉੱਠੋ ਯਾਰ, ਉੱਠੋ 2 ਬੰਦੇ ਸਦਕੇ ਜਾਵਾਂ, ਆਵਾਜ਼ ਰਹੋ, ਮੈਂ ਤੁਹਾਡੀ ਅੱਗੇ ਦਾ ਕੁਛ ਸੱਤ, ਆਹ 2 ਬੰਦੇ ਉੱਠੋ ਯਾਰ, ਤੁਹਾਡੀ ਮਿਹਰਬਾਨੀ ਕਰੋ। ਉਹ ਕਹਿਣ ਲੱਗੀ, ਕਿਬਲਾ 72 ਲੈ ਤੇ ਮਿੰਨਤਾਂ ਕਰਕੇ ਉਸ 2 ਬੰਦੇ ਉਠਾਏ, ਸਰੂਤਰਾਂ ਨੂੰ ਬਿਠਾਇਆ ਤੇ ਕੰਨ ਕਰਕੇ ਖਲੋ ਗਿਆ। ਜਦੋਂ ਜਾਣ ਲੱਗਾ ਨਾ, ਉਦੋਂ ਸਾਨੂੰ ਇਸ਼ਾਰੇ ਨਾਲ ਆਉਂਦਾ, ਮਾਮੂ ਨੂੰ ਆਖਿਆ ਜੇ ਇੱਕ ਮੋਮਿਨ ਮਿਲਿਆ ਸੀ, ਉਹ ਤੁਹਾਨੂੰ ਸਲਾਮ ਆਉਂਦਾ ਸੀ, ਉਹ